ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੋ, ਆਓ ਜਾਣੀਏ ਕਿ ਸ਼੍ਰੀ ਦਰਬਾਰ ਸਾਹਿਬ ਅੰਦਰ ਇਹ ਥੜਾ ਸਾਹਿਬ ਕਿਉਂ ਬਣਾਇਆ ਹੋਇਆ ਹੈ ਅਤੇ ਇਸ ਨੂੰ 68 ਤੀਰਥ ਕਿਉਂ ਕਿਹਾ ਜਾਂਦਾ ਹੈ। ਗੁਰੂ ਪਿਆਰੋ, ਇਹ ਪਾਵਨ ਅਸਥਾਨ ਜਿਸ ਦਾ ਨਾਮ ਥੜਾ ਸਾਹਿਬ 68 ਤੀਰਥ ਹੈ, ਇਹ ਦੁੱਖ ਭੰਜਨੀ ਬੇਰੀ ਦੇ ਬਿਲਕੁਲ ਨਾਲ ਹੈ। ਜਾਂ ਜਦ ਅਸੀਂ ਲੰਗਰ ਹਾਲ ਵਾਲੇ ਮੁੱਖ ਦਰਵਾਜ਼ੇ ਤੋਂ ਅੰਦਰ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਸ਼੍ਰੀ ਦਰਬਾਰ ਸਾਹਿਬ ਅੰਦਰ ਇਸ ਅਸਥਾਨ ਦੇ ਦਰਸ਼ਨ ਹੁੰਦੇ ਹਨ ਜਿਸ ਨੂੰ ਥੜਾ ਸਾਹਿਬ ਕਿਹਾ ਜਾਂਦਾ ਹੈ। ਇਸ ਅਸਥਾਨ ਦਾ ਇਤਿਹਾਸ ਨਾਲ ਲੱਗੇ ਬੋਰਡ 'ਤੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਿਆ ਹੋਇਆ ਮਿਲਦਾ ਹੈ, ਜਿਸ 'ਤੇ ਇਤਿਹਾਸ ਇਸ ਤਰ੍ਹਾਂ ਨਾਲ ਲਿਖਿਆ ਹੈ ਕਿ ਥੜਾ ਸਾਹਿਬ 68 ਤੀਰਥ। ਇਸ ਅਸਥਾਨ ਉੱਪਰ 1577 ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ, ਇਸ ਲਈ ਇਸ ਅਸਥਾਨ ਨੂੰ ਥੜਾ ਸਾਹਿਬ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਲਿਖਿਆ ਹੈ ਕਿ 1 ਮਾਘ ਸੰਨ 1588 ਈਸਵੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰੱਖੀ ਗਈ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਅਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਿਆ ਕਰਦੇ ਸਨ ਅਤੇ ਜਦ ਤੱਕ ਤਿਆਰੀ ਪੂਰੀ ਨਹੀਂ ਹੋਈ ਤਾਂ ਇਸ ਹੀ ਅਸਥਾਨ 'ਤੇ ਸਵੇਰੇ ਸ਼ਾਮ ਦੀਵਾਨ ਸੱਜਦੇ ਅਤੇ ਇੱਥੇ ਹੀ ਬੈਠ ਕੇ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਇਸ ਤੋਂ ਇਲਾਵਾ ਪਹਿਲੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹਿੱਤ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਇਸ ਅਸਥਾਨ 'ਤੇ ਸੁਭਾਈਮਾਨ ਕੀਤੀਆਂ ਗਈਆਂ ਸਨ। ਸੋ ਇਸ ਕਰਕੇ ਵੀ ਇਹ ਅਸਥਾਨ ਬਹੁਤ ਪਾਵਨ ਪਵਿੱਤਰ ਹੈ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1600 ਈਸਵੀ ਵਿੱਚ ਵਜ਼ੀਰ ਖਾਨ ਦਾ ਜਲੋਦਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਸੁਟਵਾ ਕੇ ਦੂਰ ਕੀਤਾ ਸੀ। ਸੋ ਆਓ ਇਹ ਵੀ ਜਾਣ ਲੈਂਦੇ ਹਾਂ ਕਿ ਇਸ ਨੂੰ 68 ਤੀਰਥ ਕਿਉਂ ਕਿਹਾ ਜਾਂਦਾ ਹੈ। ਇੱਥੇ ਲਿਖੇ ਇਤਿਹਾਸ ਮੁਤਾਬਕ ਇੱਥੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ 68 ਤੀਰਥ ਜਹ ਸਾਧ ਪੱਗ ਧਰੈ ਇਸ ਸ਼ਬਦ ਨੂੰ ਉਚਾਰਿਆ ਸੀ, ਜਿਸ ਦਾ ਮਤਲਬ ਹੈ ਕਿ ਜਿਸ ਅਸਥਾਨ ਉੱਪਰ ਸੰਤ ਭਾਵ ਸਾਧ ਜਨ ਬੈਠਦੇ ਹਨ ਉਹ ਅਸਥਾਨ 68 ਤੀਰਥਾਂ ਵਰਗਾ ਹੋ ਜਾਂਦਾ ਹੈ। ਸੋ ਇਸੇ ਕਰਕੇ ਸਿੱਖ ਪਰੰਪਰਾਵਾਂ ਅਨੁਸਾਰ ਇਸ ਸਥਾਨ ਦਾ ਨਾਮ ਥੜਾ ਸਾਹਿਬ 68 ਤੀਰਥ ਪ੍ਰਚਲਿਤ ਹੋ ਗਿਆ। ਸੋ ਇਹ ਸਭ ਲਿਖਿਆ ਹੈ ਇਸ ਪਾਵਨ ਸਥਾਨ ਦੇ ਬਾਰੇ, ਥੜਾ ਸਾਹਿਬ ਬਾਰੇ, 68 ਤੀਰਥ ਬਾਰੇ। ਤਾਂ ਗੁਰੂ ਪਿਆਰੋ, ਇਸ ਅਸਥਾਨ ਦੇ ਦਰਸ਼ਨ ਕਰਨਾ ਵੱਡੇ ਭਾਗਾਂ ਵਾਲੀ ਗੱਲ ਹੈ, ਕਿਉਂਕਿ ਇਸ ਸਥਾਨ 'ਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਿਰਾਜਮਾਨ ਹੋਏ ਅਤੇ ਪਾਵਨ ਸਰੋਵਰ ਨੂੰ ਤਿਆਰ ਕਰਵਾਇਆ ਅਤੇ ਫਿਰ ਇਸੇ ਹੀ ਸਥਾਨ 'ਤੇ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਬੈਠੇ, ਜਿਨ੍ਹਾਂ ਦੀ ਦੇਖ ਰੇਖ ਹੇਠ ਸ਼੍ਰੀ ਦਰਬਾਰ ਸਾਹਿਬ ਜੀ ਦਾ ਨਿਰਮਾਣ ਹੋਇਆ ਅਤੇ ਇੱਥੇ ਹੀ ਬੈਠ ਕੇ ਗੁਰੂ ਸਾਹਿਬ ਨੇ ਕਈ ਸ਼ਬਦ ਉਚਾਰੇ ਅਤੇ ਸੰਗਤਾਂ ਨੂੰ ਇਸੇ ਸਥਾਨ 'ਤੇ ਬੈਠ ਕੇ ਉਪਦੇਸ਼ ਵੀ ਦਿੱਤੇ ਅਤੇ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨਾ ਦਾ ਜੋ ਪਹਿਲਾ ਕਾਰਜ ਸੀ ਉਹ ਵੀ ਇੱਥੋਂ ਹੀ ਸ਼ੁਰੂ ਹੋਇਆ। ਤਾਂ ਗੁਰੂ ਪਿਆਰੋ, ਜਦ ਵੀ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨਾਂ ਲਈ ਅਸੀਂ ਆਈਏ ਤਾਂ ਇਸ ਪਾਵਨ ਅਸਥਾਨ 'ਤੇ ਵੀ
ਜ਼ਰੂਰ ਦਰਸ਼ਨ ਕਰੀਏ ਜਿਸ ਦਾ ਨਾਮ ਹੈ ਥੜਾ ਸਾਹਿਬ ਅੜਸਠ ਤੀਰਥ ਅਤੇ ਇਸ ਦੇ ਦਰਸ਼ਨ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।